ਦਰਸ਼ਕਾਂ ਦਾ ਸਵਾਗਤ ਹੈ। ਬੀਤੀ ਕੱਲ ਤੋਂ ਦਿੱਲੀ ਅੰਮ੍ਰਿਤਸਰ ਮੁੱਖ ਰੇਲ ਮਾਰਗ ਦੇ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ, ਜੋ ਕਿ ਹਾਲੇ ਤੱਕ ਨਿਰੰਤਰ ਜਾਰੀ ਹੈ। ਇੱਥੇ ਸੈਂਕੜੇ ਦੀ ਤਾਦਾਦ ਦੇ ਵਿੱਚ ਬੈਠੇ ਕਿਸਾਨਾਂ ਵੱਲੋਂ ਰੇਲ ਟਰੈਕ ਦੇ ਉੱਤੇ ਬਕਾਇਦਾ ਤੌਰ 'ਤੇ ਤੁਸੀਂ ਦੇਖੋਗੇ ਪਿੱਛੇ ਮੇਰੇ ਕਿ ਟੈਂਟ ਲਗਾ ਕੇ ਬਕਾਇਦਾ ਲੰਗਰ ਦੇ ਪ੍ਰੋਗਰਾਮ ਕੀਤੇ ਗਏ ਨੇ। ਉਹਨਾਂ ਨਾਲ ਗੱਲਬਾਤ ਕਰਨ 'ਤੇ ਉਹ ਕਹਿੰਦੇ ਹੈਗੇ ਨੇ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਮੰਨ ਲਈਆਂ ਨਹੀਂ ਜਾਂਦੀਆਂ ਜਾਂ ਉਹਦਾ ਯੋਗ ਹੱਲ ਨਹੀਂ ਦਿੱਤਾ ਜਾਂਦਾ ਹੈਗਾ, ਉਦੋਂ ਤੱਕ ਇਹ ਧਰਨਾ ਨਿਰੰਤਰ ਜਾਰੀ ਰਹੂਗਾ। ਅਸੀਂ ਇੱਥੇ ਗੱਲ ਕਰਾਂਗੇ ਕਿਸਾਨ ਆਗੂ ਸਤਨਾਮ ਸਿੰਘ ਭੰਧੇਰ ਨੇ, ਇਹਨਾਂ ਦੇ ਮੁੱਖ ਆਗੂ ਸਰਵਣ ਸਿੰਘ ਭੰਧੇਰ, ਉਹਨਾਂ ਨਾਲ ਗੱਲ ਕਰਾਂਗੇ। ਸਰ, ਕੀ ਮਾਮਲਾ ਹੈਗਾ ਜੀ, ਕਦੋਂ ਤੱਕ ਧਰਨਾ ਜਿਹੜਾ ਹੈਗਾ ਖਤਮ ਹੋ ਸਕਦਾ ਜੀ? ਸਾਡਾ ਸ਼ਾਂਤਮਈ 3 ਦਿਨ 1 ਮਾਰਚ ਤੋਂ DC ਤਰਨ ਤਾਰਨ ਧਰਨਾ ਚੱਲਿਆ। ਉੱਥੇ ਸਾਨੂੰ ਕਿਸੇ ਨੇ ਵੀ ਜੇਲ੍ਹਾਂ 'ਚ ਗ੍ਰਿਫਤਾਰ ਨਹੀਂ ਕੀਤਾ, ਜੇਲ੍ਹ ਭਰੋ ਮੋਰਚਾ ਸੀਗਾ ਜੀ। ਅਸੀਂ ਮਜਬੂਰ ਹੋ ਕੇ ਪਹਿਲੋਂ ਮਹੀਨਾ ਐਲਾਨ ਕਰਤਾ ਸੀ ਕਿ ਰੇਲ ਟਰੈਕ ਜਾਮ ਕਰਨਾ, ਅਤੇ ਸਰਕਾਰ ਨੇ ਕੁਝ ਨਹੀਂ ਬੋਲਿਆ, ਇਹ ਜਾਮ ਕੀਤਾ। ਸਾਨੂੰ ਤਾਂ ਇੰਨੇ ਦਿਨ ਰੇਲ 'ਤੇ ਬੈਠੇ ਰਹਿਣ 'ਤੇ ਵੀ ਅਫਸੋਸ ਹੈ, ਅਸੀਂ ਕਿਉਂ ਬੈਠੇ ਹਾਂ, ਠੀਕ ਆ? ਉਹਦੇ ਨਾਲ ਹਜ਼ਾਰਾਂ ਲੱਖਾਂ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੋਊਗੀ, ਸੋ ਸਾਡੀ ਉਹਨਾਂ ਨਾਲ ਸਹਿਮਤੀ ਆ। ਅਸੀਂ ਕਹਿੰਦੇ ਹਾਂ ਵੀ ਹੁਣ ਸਰਕਾਰ ਸਾਡੇ ਮਸਲੇ ਹੱਲ ਕਰਦੇ ਅਤੇ ਹੁਣ ਰੇਲ ਟਰੈਕ ਅਸੀਂ ਵਿਹਲਾ ਕਰਦੇ। ਸਰ, ਹਾਈਕੋਰਟ ਦੇ ਵਿੱਚ ਇੱਕ ਪਿੱਲ ਪਾਈ ਗਈ ਇਸ ਵਿੱਚ ਵੱਲੋਂ, ਉਸ ਵਿੱਚ 3 ਵਿਅਕਤੀਆਂ ਨੂੰ ਹਾਈਕੋਰਟ ਮਾਣਯੋਗ ਹਾਈਕੋਰਟ ਵੱਲੋਂ ਸੱਦਿਆ ਗਿਆ ਹੈਗਾ, ਉੱਥੇ ਜਿਹਦੇ ਵਿੱਚ ਇਸ ਧਰਨੇ ਦੇ ਮੁੱਖ ਆਗੂ ਪਲੱਸ ਪੰਜਾਬ ਦੇ ਐਡਵੋਕੇਟ ਜਨਰਲ ਔਰ ਕੇਂਦਰ ਤੋਂ ਕੇਂਦਰ ਸਰਕਾਰ ਦੇ ਐਡਵੋਕੇਟ ਸਾਹਿਬ ਆ। ਅਤੇ ਤੁਸੀਂ ਕਿੱਦਾਂ ਪਹੁੰਚ ਕਰੋਗੇ, ਕਦੋਂ ਜਾਓਗੇ? ਸਾਨੂੰ ਇਸ ਬਾਰੇ ਜਾਣਕਾਰੀ ਹਜੇ ਮੀਡੀਆ ਥਰੂ ਹੀ ਮਿਲ ਰਹੀ ਹੈ, ਸਾਨੂੰ ਕੋਈ ਲੀਗਲ ਇਸ ਕਿਸਮ ਦਾ ਨੋਟਿਸ ਨਹੀਂ ਆਇਆ ਜਿਹੜਾ ਸਾਡੇ ਤੱਕ ਪੁੱਜਿਆ ਹੋਵੇ। ਜਦੋਂ ਕੋਈ ਸਾਨੂੰ ਇਸ ਤਰ੍ਹਾਂ ਦੀ ਲੀਗਲ ਕੋਈ ਨੋਟਿਸ ਮਿਲੇ, ਫਿਰ ਅਸੀਂ ਆਪਦੇ ਵਕੀਲਾਂ ਸਲਾਹ ਕਰਕੇ ਹੋਰ ਇੱਕ ਪ੍ਰਤੀਕਿਰਿਆ ਜ਼ਾਹਰ ਕਰਾਂਗੇ ਵੀ ਕੀ ਆ। ਇੱਥੇ ਜੋ ਪ੍ਰਸ਼ਾਸਨਿਕ ਅਧਿਕਾਰੀ ਆ, ਪੁਲਿਸ ਅਧਿਕਾਰੀ, ਉਹਨਾਂ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ? ਹਾਲੇ ਤੱਕ 7 ਵਜੇ ਚੱਲੇ ਸ਼ਾਮ ਦੇ, ਕੋਈ ਸਾਨੂੰ ਨੋਟਿਸ ਕਿਸਮ ਦਾ ਨਹੀਂ। ਕੀ ਲੱਗਦਾ ਕਦੋਂ ਤੱਕ ਚੁੱਕਿਆ ਜਾ ਸਕਦਾ ਇਹਦਾ? ਇਹ ਸਾਡੇ ਵੱਲੋਂ ਤਾਂ ਹੁਣ ਵੇਲੇ ਕਰਾਉਣ, ਸਾਨੂੰ ਤਾਂ ਰੇਲ ਇੰਨਾ ਚਿਰ ਲੰਮਾ ਬੈਂਟ ਵੀ ਅਫਸੋਸ ਹੈ ਸਾਡੇ ਵੱਲ ਤੋਂ ਹੁਣ, ਸਾਨੂੰ ਸਿਰਫ ਮੰਗਾਂ ਆਪਣੀਆਂ ਹੱਲ ਕਰਾਉਣ। ਕੀ ਮੁੱਖ ਮੰਗਾਂ ਕੀ ਹੈਗੀਆਂ ਤੁਹਾਡੀਆਂ? ਵੇਖੋ ਜੀ, ਸਾਡੀਆਂ ਇੱਥੇ ਇਹਨਾਂ ਪੰਜਾਬ ਸਰਕਾਰ ਨਾਲ ਬਹੁਤ ਨਿਗੂਣੀਆਂ ਵਾ। ਉੱਦਾਂ ਤਾਂ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਫਸਲਾਂ ਦੇ ਭਾਅ ਆ ਕਿਸਾਨਾਂ ਦੇ, ਉਹ ਸਵਾਮੀਨਾਥਨ ਗਲਤ ਕਮਿਸ਼ਨ ਦੀ ਰਿਪੋਰਟ ਨਾ ਦਿੱਤੇ ਜਾਣ, ਕਰਜ਼ਾ ਮਾਫੀ ਕੀਤਾ ਜਾਵੇ, ਵੱਡੇ ਸਵਾਲ ਆ। ਪਰ ਇੱਥੇ ਸਾਡੇ ਨਾਲ ਜਿਹੜਾ ਡੈਡ ਲੋਕ ਇੱਥੇ ਪਿਆ ਵੀ, ਜਿਹੜੀਆਂ CM ਸਾਹਿਬ ਨੇ ਪਹਿਲਾਂ ਮੰਨ ਲਈਆਂ ਮੀਟਿੰਗਾਂ ਦੇ ਵਿੱਚ ਮੰਗਾਂ ਵਾ, ਠੀਕ ਆ, 2 ਵਾਰੀ ਉਹਨਾਂ ਦਾ ਇੰਪਲੀਮੈਂਟੇਸ਼ਨ ਕਰਾ ਦਿਓ ਅਤੇ ਬਾਕੀ ਮੰਗਾਂ ਦਾ ਹੱਲ ਮੀਟਿੰਗ 'ਚ ਕਰ ਲਾਂ। ਸੋ ਸਾਡੀਆਂ ਨਿਗੂਣੀਆਂ ਜਿਹੀਆਂ ਮੰਨੀਆਂ ਹੋਈਆਂ ਮੰਗਾਂ ਵੀ ਨਹੀਂ ਸਰਕਾਰ ਲਾਗੂ ਕਰੀ, ਇਸ ਕਰਕੇ ਇਹ ਸਾਰਾ ਕ੍ਰਾਈਸਿਸ ਚੱਲ ਰਿਹਾ। ਯਾਤਰੀਆਂ ਬਾਰੇ ਵਾਸਤੇ ਕੀ ਕਹਿਣਾ ਚਾਹੋਗੇ? ਦੇਖੋ, ਵੱਡੀ ਗਿਣਤੀ ਦੇ ਵਿੱਚ ਜਿਹੜੇ ਯਾਤਰੀ ਹੈਗੇ ਆ ਦਿੱਲੀ ਨਾਲ ਅੰਮ੍ਰਿਤਸਰ ਨਾਲ ਜੁੜੇ ਹੋਏ ਆ, ਆਉਣ ਜਾਣ ਆ, ਉਹ ਪਰੇਸ਼ਾਨ ਹੋ ਰਹੇ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਰੇਸ਼ਾਨ ਹੋ ਰਹੇ, ਟ੍ਰੇਨਾਂ ਰੱਦ ਹੋ ਚੁੱਕੀਆਂ ਸਾਰੀਆਂ। ਸਾਨੂੰ ਬੇਸ਼ੱਕ ਅਫਸੋਸ ਹੈ ਕਿ ਅਸੀਂ ਇੰਨਾ ਸਮਾਂ ਰੇਲ ਟਰੈਕ 'ਤੇ ਬੈਠੇ ਹਾਂ। ਸੋ ਜਿਹੜੀ ਯਾਤਰੀਆਂ ਨਾਲ ਸਾਡੀ ਪੂਰੀ ਸਹਾਨੁਭੂਤੀ ਆ, ਸਾਡੇ ਦੇਸ਼ ਦੇ ਵਾਸੀ ਆ, ਸਾਡੇ ਆਪਣੇ ਲੋਕ ਆ। ਸੋ ਖੱਜਲ ਖਰਾਬੀ ਅਸੀਂ 1 ਮਹੀਨਾ ਪਹਿਲਾਂ ਦੱਸ ਕੇ ਕਹਿ ਕੇ ਆਏ ਹਾਂ, ਤਾਂ ਸਰਕਾਰ ਦੀ ਨਲੈਕੀ ਕਰਕੇ, ਕੇਂਦਰ ਅਤੇ ਪੰਜਾਬ ਸਰਕਾਰ ਦੀ ਨਲੈਕੀ ਕਰਕੇ ਰੇਲ ਟਰੈਕ ਜਾਮ ਹੋਇਆ ਜੀ। ਸਮਾਂ ਰਹਿੰਦਿਆਂ ਮਸਲਿਆਂ ਦਾ ਹੱਲ ਕੀਤਾ ਜਾਂਦਾ ਅਤੇ ਰੇਲ ਟਰੈਕ ਜਾਮ ਨਹੀਂ ਸੀ। ਤੁਸੀਂ ਸਰਦਾਰ ਸਾਹਿਬ ਕੀ ਕਹਿਣਾ ਚਾਹੋ, ਕਦੋਂ ਤੱਕ ਚੁੱਕਿਆ ਜਾ ਸਕਦਾ? ਤੁਸੀਂ ਵੀ ਮੰਨੀਆਂ ਹੋਈਆਂ ਮੰਗਾਂ ਵਾ ਜੀ, ਇਹਨਾਂ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਜਾਵੇ, ਅਤੇ ਜੋ ਪੰਜਾਬ ਲੈਵਲ ਦੀਆਂ ਹਾਈ ਲੈਵਲ ਦੀਆਂ ਮੰਗਾਂ ਨੇ, ਉਹਨਾਂ ਦਾ ਜਿਹੜਾ ਸਹੀ ਕੋਈ ਮੀਟਿੰਗ ਦੇ ਵਿੱਚ ਹੱਲ ਹੋ ਸਕੇ, ਉਦੋਂ ਤੱਕ ਧਰਨਾ ਜਿਹੜਾ ਜਾਰੀ ਰਹੇ। ਤੁਸੀਂ ਦੇਖ ਰਹੇ ਹੋ ਕਿ ਇੱਥੇ ਮੌਜੂਦ ਕਿਸਾਨਾਂ ਦਾ ਕਹਿਣਾ ਹੈਗਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨੂੰ ਮੰਨਿਆ ਨਹੀਂ ਜਾਂਦਾ, ਉਹਨਾਂ ਦਾ ਯੋਗ ਹੱਲ ਨਹੀਂ ਕੱਢਿਆ ਜਾਂਦਾ, ਉਦੋਂ ਤੱਕ ਇਹ ਧਰਨਾ ਨਹੀਂ ਚੁੱਕਿਆ ਜਾਵੇਗਾ। ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ, ਜਾਂ ਤੁਹਾਡੇ ਆਈਲੈਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾ ਰਿਹਾ,
ਅਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ, ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਿਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ, ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤਾਂ ਕੀ ਰਿਕੁਆਇਰਮੈਂਟ ਹੈ। ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ।